ਇੱਕ ਮਸ਼ਹੂਰ ਰੈਸਟੋਰੈਂਟ ਦੇ ਖਾਣੇ ਦੇ ਵਿੱਚੋਂ ਕੀੜੇ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਵਾਇਰਲ ਵੀਡੀਓ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਸ ਵਿਅਕਤੀ ਦੀ ਪਲੇਟ ਦੇ ਵਿੱਚੋਂ ਇੱਕ ਕੀੜਾ ਨਿਕਲਿਆ ਉਸਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜਦੋਂ ਉਸਨੇ ਜਾ ਕੇ ਪ੍ਰਬੰਧਕਾਂ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਵੀ ਟਾਲ ਮਟੋਲ ਕਰਦੇ ਉਹ ਵੀ ਨਜ਼ਰ ਆਏ ਨੇ। ਤਾਂ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਜਦੋਂ ਆਪਣੇ ਪਰਿਵਾਰ ਦੇ ਨਾਲ ਰਾਤ ਨੂੰ ਡਿਨਰ ਕਰਨ ਦੇ ਲਈ ਪਹੁੰਚਿਆ ਸੀ ਤਾਂ ਉਸਦੀ ਚਾਵਲਾਂ ਵਾਲੀ ਪਲੇਟ ਦੇ ਵਿੱਚ ਅਚਾਨਕ ਹੀ ਕੀੜਾ ਆ ਗਿਆ। ਜਦੋਂ ਉਹ ਚਾਵਲ ਚਮਚ ਦੇ ਨਾਲ ਪਾ ਕੇ ਆਪਣੀ ਪਲੇਟ ਦੇ ਵਿੱਚ ਪਾ ਰਿਹਾ ਸੀ ਤਾਂ ਉਹ ਕੀੜਾ ਜੋ ਆ ਉਸਦੇ ਚਮਚ ਦੇ ਵਿੱਚ ਆਉਂਦਾ ਤਾਂ ਉਹ ਦੇਖਦਾ, ਪਹਿਲਾਂ ਤਾਂ ਸ਼ਾਇਦ ਉਸਨੂੰ ਲੱਗਦਾ ਹੈ ਕਿ ਕੋਈ ਇਹ ਖੜਾ ਮਸਾਲਾ ਨਾ ਹੋਵੇ, ਪਰ ਜਦੋਂ ਉਸਨੂੰ ਚੰਗੀ ਤਰ੍ਹਾਂ ਚੈੱਕ ਕਰਦਾ ਤਾਂ ਉਹ ਇੱਕ ਕੀੜਾ ਹੁੰਦਾ ਹੈ। ਅਤੇ ਇਸ ਤੋਂ ਬਾਅਦ ਉਸਦੀ ਵੀਡੀਓ ਬਣਾਈ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ। ਹਾਲਾਂਕਿ ਇਸ ਮੌਕੇ ਦੇ ਉੱਤੇ ਪ੍ਰਬੰਧਕਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਪਹਿਲਾਂ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਹਾਂ। ਦੇਖੋ ਜੀ, ਮੈਂ ਅੰਨਪੂਰਨਾ ਰੈਸਟੋਰੈਂਟ ਦੇ ਨਾਲ ਪਰਿਵਾਰ ਨਾਲ ਖਾਣਾ ਖਾਣਾ ਆਇਆ ਜੀ, ਔਰ ਤੁਸੀਂ ਇਹਦੇ ਸਾਹਮਣੇ ਚਾਵਲ ਵੇਖੇ, ਚਾਵਲ ਵਿੱਚ ਕੀੜਾ ਸੀ, ਕਿਤੇ ਵੀ ਇਹ ਚਾਵਲ ਵਿੱਚ ਕੀੜਾ ਪਿਆ ਸੀ, ਔਰ ਅਸੀਂ ਚਾਵਲ ਅੱਧੇ ਤੋਂ ਵੱਧ ਖਾ ਚੁੱਕੇ ਸੀ, ਥੋੜ੍ਹੇ ਜਿਹੇ ਰਹਿ ਗਏ ਸੀ, ਔਰ ਇਹਨਾਂ ਦਾ ਦੇਖ ਲਓ ਹਾਲ ਵੀ, ਇਹ ਚਾਵਲਾਂ 'ਚ ਕੀੜਾ ਨਿਕਲਿਆ ਤਾਂ ਜਦੋਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਮੈਨੇਜਰ ਨੂੰ, ਉਹ ਕਹਿੰਦਾ ਜੀ ਇਹ ਕੋਈ ਗੱਲ ਨਹੀਂ, ਇਹ ਕਹਿੰਦੇ ਸਪਰੇਅ ਕੀਤੀ ਗਲਤੀ ਨਾ ਕਰਨਾ, ਦੱਸੋ ਜੀ ਕਿਹੜੇ ਸਪਰੇਅ ਕਰਦੇ ਨੇ ਅਤੇ ਕੀੜੇ ਖਵਾਈ ਜਾਂਦੇ ਸਾਨੂੰ, ਇਹ ਅਸੀਂ ਹਿਲਾ ਦੇ ਲਓ ਵੀ ਮੇਨ ਜਿਹੜੇ ਰੈਸਟੋਰੈਂਟ ਸ਼ਹਿਰ ਦੇ ਜਿਹੜੇ ਕਹਿੰਦੇ ਵੀ ਅਸੀਂ ਬੜਾ ਵਧੀਆ ਖਾਣਾ ਖਾਂਦੇ ਹਾਂ, ਔਰ ਤੁਸੀਂ ਦੇਖ ਲਓ ਵੀ ਇਹ ਚੌਲਾਂ ਵਿੱਚ ਕੀੜੇ ਕਾਵਾ ਦੇ ਰਹੇ, ਇਹ ਦੱਸੋ ਕਿੰਨਾ ਕੁ ਵਧੀਆ ਕੰਮ ਕਰ ਰਹੇ, ਅਸੀਂ ਤੁਹਾਨੂੰ ਸਾਨੂੰ ਦੇਖ ਲਓ ਵੀ ਇੱਥੇ ਉਹਨਾਂ ਨੂੰ ਪੁੱਛਦੇ ਪੁੱਛਦੇ ਹਾਂ ਕਿ ਭਾਈ ਸਾਹਿਬ ਅੱਜ ਕੱਲ੍ਹ ਤੁਸੀਂ ਜਿਹੜਾ ਖਾਣਾ ਖਵਾ ਰਹੇ ਹੋ ਚੌਲਾਂ ਵਿੱਚ ਅਤੇ ਕੀੜੇ ਪਾ ਰਹੇ ਹੋ, ਭਾਈ ਸਾਹਿਬ ਚੌਲਾਂ 'ਚ ਕੀੜੇ ਪਾ ਰਹੇ ਕੀ ਕਹਿੰਦੇ ਹੋ, ਚੌਲਾਂ ਤੁਹਾਡੇ ਕੀੜਾ ਨਿਕਲਿਆ ਕੀ ਕਹਿੰਦੇ ਹੋ ਬਾਰੇ ਆਪਣੀ ਗਲਤੀ ਪਹਿਲੀ ਵਾਰੀ ਹੋਇਆ ਤੁਹਾਨੂੰ ਹੋਇਆ ਨੀ, ਇਹਦਾ ਹੁਣ ਰਾਜ ਅੱਗੇ ਮੈਂ ਸ਼ਿਕਾਇਤ ਕਰਾਂਗਾ DHO ਨੂੰ ਜਾ ਕੇ, ਡੀ ਸਾਹਿਬ ਨੂੰ, ਬਾਕੀ ਬਾਅਦ ਦੇਖਣ ਕੀ ਬਣਦਾ। ਇੱਕ ਮਸ਼ਹੂਰ ਰੈਸਟੋਰੈਂਟ ਦੇ ਖਾਣੇ ਦੇ ਵਿੱਚੋਂ ਕੀੜੇ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਵਾਇਰਲ ਵੀਡੀਓ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਸ ਵਿਅਕਤੀ ਦੀ ਪਲੇਟ ਦੇ ਵਿੱਚੋਂ ਇੱਕ ਕੀੜਾ ਨਿਕਲਿਆ ਉਸਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜਦੋਂ ਉਸਨੇ ਜਾ ਕੇ ਪ੍ਰਬੰਧਕਾਂ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਵੀ ਟਾਲ ਮਟੋਲ ਕਰਦੇ ਉਹ ਵੀ ਨਜ਼ਰ ਆਏ ਨੇ। ਤਾਂ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਜਦੋਂ ਆਪਣੇ ਪਰਿਵਾਰ ਦੇ ਨਾਲ ਰਾਤ ਨੂੰ ਡਿਨਰ ਕਰਨ ਦੇ ਲਈ ਪਹੁੰਚਿਆ ਸੀ ਤਾਂ ਉਸਦੀ ਚਾਵਲਾਂ ਵਾਲੀ ਪਲੇਟ ਦੇ ਵਿੱਚ ਅਚਾਨਕ ਹੀ ਕੀੜਾ ਆ ਗਿਆ। ਜਦੋਂ ਉਹ ਚਾਵਲ ਚਮਚ ਦੇ ਨਾਲ ਪਾ ਕੇ ਆਪਣੀ ਪਲੇਟ ਦੇ ਵਿੱਚ ਪਾ ਰਿਹਾ ਸੀ ਤਾਂ ਉਹ ਕੀੜਾ ਜੋ ਆ ਉਸਦੇ ਚਮਚ ਦੇ ਵਿੱਚ ਆਉਂਦਾ ਤਾਂ ਉਹ ਦੇਖਦਾ, ਪਹਿਲਾਂ ਤਾਂ ਸ਼ਾਇਦ ਉਸਨੂੰ ਲੱਗਦਾ ਹੈ ਕਿ ਕੋਈ ਇਹ ਖੜਾ ਮਸਾਲਾ ਨਾ ਹੋਵੇ, ਪਰ ਜਦੋਂ ਉਸਨੂੰ ਚੰਗੀ ਤਰ੍ਹਾਂ ਚੈੱਕ ਕਰਦਾ ਤਾਂ ਉਹ ਇੱਕ ਕੀੜਾ ਹੁੰਦਾ ਹੈ। ਅਤੇ ਇਸ ਤੋਂ ਬਾਅਦ ਉਸਦੀ ਵੀਡੀਓ ਬਣਾਈ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ। ਹਾਲਾਂਕਿ ਇਸ ਮੌਕੇ ਦੇ ਉੱਤੇ ਪ੍ਰਬੰਧਕਾਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਪਹਿਲਾਂ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਹਾਂ। ਦੇਖੋ ਜੀ, ਮੈਂ ਅੰਨਪੂਰਨਾ ਰੈਸਟੋਰੈਂਟ ਦੇ ਨਾਲ ਪਰਿਵਾਰ ਨਾਲ ਖਾਣਾ ਖਾਣਾ ਆਇਆ ਜੀ, ਔਰ ਤੁਸੀਂ ਇਹਦੇ ਸਾਹਮਣੇ ਚਾਵਲ ਵੇਖੇ, ਚਾਵਲ ਵਿੱਚ ਕੀੜਾ ਸੀ, ਕਿਤੇ ਵੀ ਇਹ ਚਾਵਲ ਵਿੱਚ ਕੀੜਾ ਪਿਆ ਸੀ, ਔਰ ਅਸੀਂ ਚਾਵਲ ਅੱਧੇ ਤੋਂ ਵੱਧ ਖਾ ਚੁੱਕੇ ਸੀ, ਥੋੜ੍ਹੇ ਜਿਹੇ ਰਹਿ ਗਏ ਸੀ, ਔਰ ਇਹਨਾਂ ਦਾ ਦੇਖ ਲਓ ਹਾਲ ਵੀ, ਇਹ ਚਾਵਲਾਂ 'ਚ ਕੀੜਾ ਨਿਕਲਿਆ ਤਾਂ ਜਦੋਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਮੈਨੇਜਰ ਨੂੰ, ਉਹ ਕਹਿੰਦਾ ਜੀ ਇਹ ਕੋਈ ਗੱਲ ਨਹੀਂ, ਇਹ ਕਹਿੰਦੇ ਸਪਰੇਅ ਕੀਤੀ ਗਲਤੀ ਨਾ ਕਰਨਾ, ਦੱਸੋ ਜੀ ਕਿਹੜੇ ਸਪਰੇਅ ਕਰਦੇ ਨੇ ਅਤੇ ਕੀੜੇ ਖਵਾਈ ਜਾਂਦੇ ਸਾਨੂੰ, ਇਹ ਅਸੀਂ ਹਿਲਾ ਦੇ ਲਓ ਵੀ ਮੇਨ ਜਿਹੜੇ ਰੈਸਟੋਰੈਂਟ ਸ਼ਹਿਰ ਦੇ ਜਿਹੜੇ ਕਹਿੰਦੇ ਵੀ ਅਸੀਂ ਬੜਾ ਵਧੀਆ ਖਾਣਾ ਖਾਂਦੇ ਹਾਂ, ਔਰ ਤੁਸੀਂ ਦੇਖ ਲਓ ਵੀ ਇਹ ਚੌਲਾਂ ਵਿੱਚ ਕੀੜੇ ਕਾਵਾ ਦੇ ਰਹੇ, ਇਹ ਦੱਸੋ ਕਿੰਨਾ ਕੁ ਵਧੀਆ ਕੰਮ ਕਰ ਰਹੇ, ਅਸੀਂ ਤੁਹਾਨੂੰ ਸਾਨੂੰ ਦੇਖ ਲਓ ਵੀ ਇੱਥੇ ਮੈਨੇਜਰ ਸਾਹਿਬ ਖੜੇ ਨੇ, ਔਰ ਇਹ ਦੇਖ ਲਓ ਖਾਣਾ ਪਿਆ, ਉਹਨਾਂ ਨੂੰ ਪੁੱਛਦੇ 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 ਹਾਂ
ਭਾਈ ਸਾਹਿਬ ਆ ਜਿਹੜਾ ਤੁਸੀਂ ਜਿਹੜਾ ਖਾਣਾ ਖਵਾ ਰਹੇ ਹੋ ਚੌਲਾਂ ਵਿੱਚ ਅਤੇ ਕੀੜੇ ਪਾ ਰਹੇ ਹੋ, ਭਾਈ ਸਾਹਿਬ ਚੌਲਾਂ 'ਚ ਕੀੜੇ ਪਾ ਰਹੇ ਕੀ ਕਹਿੰਦੇ ਹੋ, ਚੌਲ ਤੁਹਾਡੇ ਕੀੜਾ ਨਿਕਲਿਆ ਕੀ ਕਹਿੰਦੇ ਹੋ ਬਾਰੇ? ਆਪਣੀ ਗਲਤੀ ਮੰਨਦੇ ਪਹਿਲੀ ਵਾਰੀ ਹੋਇਆ ਤੱਕ ਸਾਨੂੰ ਹੋਇਆ ਨੀ, ਇਹਦਾ ਹੁਣ ਰਾਜ ਅੱਗੇ ਮੈਂ ਸ਼ਿਕਾਇਤ ਕਰਾਂਗਾ ਡੀ ਐਚ ਓ ਨੂੰ ਜਾ ਕੇ ਡੀ ਸਾਹਿਬ ਨੂੰ, ਬਾਕੀ ਬਾਅਦ ਦੇਖਣਾ ਕੀ ਬਣਦਾ।